ਅਸਲਾਮ ਅਲੈਕੁਮ। ਅੱਜ ਦਾ ਵਲੌਗ ਦਾ ਕਰਦੇ ਹਾਂ ਆਗਾਜ਼। ਅੱਜ ਦੋਸਤ ਆ ਡਾਕਟਰ ਆਫਤਾਬ ਜਜਮਾਨ ਮੈਡੀਕਲ ਸਟੋਰ ਵਾਲੇ, ਅਤੇ ਉਹਨਾਂ ਦੀ ਸ਼ਾਦੀ ਸੀ ਮਾਸ਼ਾਅੱਲਾ। ਅਤੇ ਅੱਜ ਉਹਨਾਂ ਦਾ ਨਾਂ ਡਾਕਟਰ ਵਲੀਮਾ ਜਜਮਾਨ, 73 ਸ਼ੱਕ ਵਿੱਚ ਉਹਨਾਂ ਦੀ ਰਿਹਾਇਸ਼ ਹੈ, 73 DB ਦੇ ਵਿੱਚ। ਅਤੇ ਉੱਥੇ ਹੀ ਡਾਕਟਰ ਵਲੀਮਾ ਹੋ ਰਿਹਾ ਆ, ਅਤੇ ਉੱਥੇ ਜਾ ਰਹੇ ਹਾਂ। ਅੱਜ ਤਿਆਰੀ ਸ਼ਿਆਰੀ ਕਰ ਲਈ ਆ, ਨਾਸ਼ਤਾ ਕਰ ਲਿਆ ਸੀ, ਚਾਹ ਪੀ ਰਿਹਾ ਸੀ ਮੈਂ। ਤੇ ਇਨਸ਼ਾਅੱਲਾ ਹੁਣ ਟਾਈਮ ਹੋ ਗਿਆ ਹੈ ਜੀ ਤਕਰੀਬਨ 10:30 ਦਾ, ਤੇ ਇੱਥੋਂ 11:30 ਬਜੇ ਨਿਕਲਾਂਗੇ। ਤੇ 1 ਘੰਟੇ ਦਾ ਇੱਥੋਂ ਸਫ਼ਰ ਹੈ, ਤਕਰੀਬਨ 50-55 ਕਿਲੋਮੀਟਰ ਸਫ਼ਰ ਹੈ ਇੱਥੋਂ। ਇਨਸ਼ਾਅੱਲਾ 1 ਘੰਟੇ ਦੇ ਵਿੱਚ ਆਪਾਂ ਇਹ ਸਫ਼ਰ ਤੈਅ ਕਰ ਜਾਣਾ, 1 ਘੰਟੇ ਤੋਂ ਵੀ ਉਮੀਦ। ਅਗਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਤੇ ਕਰਦੇ ਹਾਂ ਵਲੌਗ ਦਾ ਆਗਾਜ਼। ਤੇ ਹੁਣ ਮੈਂ ਆਇਆ ਹੋਇਆ ਆਪਣੇ ਸਟਾਫ ਦੇ 340 ਅੱਡੇ ਤੇ, ਇੱਥੇ ਇਹ ਜੀ ਹੇਅਰ ਸੈਲੂਨ। ਤੇ ਉੱਥੇ ਮੈਂ ਆਪਣਾ ਖਤ ਵਗੈਰਾ ਕਰਾਉਣਾ ਸੀਗਾ, ਤੇ ਉੱਥੇ ਦੁਕਾਨ ਤੇ ਪਹੁੰਚਿਆ ਮੈਂ, ਤਾਂ ਦੁਕਾਨ ਬੰਦ। ਆਮਰ ਭਾਈ ਬੜੇ ਅੱਛੇ ਦੋਸਤ ਆ ਸਾਡੇ, ਤੇ ਉਹਨਾਂ ਦੇ ਕੋਲੋਂ ਹੀ ਹਮੇਸ਼ਾ ਮੈਂ ਖਤ ਕਰਵਾ ਰਿਹਾ। ਦੁਕਾਨ ਹਜੇ ਬੰਦ ਆ, ਟਾਈਮ ਕਾਫੀ ਹੋ ਗਿਆ, ਤੇ ਅੱਗੇ ਵਲੀਮੇ ਤੇ ਵੀ ਪਹੁੰਚਣਾ ਆ, ਤੇ ਉਹਨਾਂ ਦੀਆਂ ਰਾਹਾਂ ਤੱਕੀ ਜਾ ਰਹੇ, ਟਾਈਮ ਦੇਖੀ ਜਾ ਰਹੇ, ਤਾਂ ਉਹਨਾਂ ਦੀ ਰਾਹ ਤੱਕੀ ਜਾ ਰਹੇ ਵੀ ਕਦੋਂ ਪਹੁੰਚ ਰਹੇ। ਇਹ ਜੂ ਹੀ ਆਉਣਗੇ ਖਤ ਕਰਵਾ ਕੇ, ਤੇ ਇੱਥੋਂ ਨਿਕਲ ਜਾਣਾ ਫਿਰ। ਇਹ ਜਿਹੜਾ ਕਾਰੀਗਰ ਤੁਸੀਂ ਦੇਖ ਰਹੇ ਹੋ ਨਾ ਸਕਰੀਨ 'ਤੇ, ਆਮਰ ਭਾਈ ਏ ਜੀ ਹੇਅਰ ਸਲੂਨ ਦੇ ਜੀ ਓਨਰ ਨੇ। ਇੱਥੇ ਇਹਨਾਂ ਦੀ ਹਕੂਮਤ ਹੈ ਜਨਾਬ, ਇਹਨਾਂ ਦੇ ਕੋਲੋਂ ਖਤ ਕਰਾਉਣ ਲਈ 2 ਤੋਂ 3 ਦਿਨ 4 ਦਿਨ ਪਹਿਲੇ ਟਾਈਮ ਲੈਣਾ ਪੈਂਦਾ, ਫੋਨ ਕਰਨਾ ਪੈਂਦਾ ਔਰ ਬਾਰ ਬਾਰ ਫੋਨ ਕਰਨਾ ਪੈਂਦਾ, ਅਤੇ ਇਹ ਝੂਠ ਬਿਲਕੁਲ ਨਹੀਂ ਬੋਲਦੇ, ਅਤੇ ਸਿਰਫ ਬੰਦੇ ਨੂੰ 1/2 ਘੰਟੇ ਦਾ ਟਾਈਮ ਦਿੰਦੇ ਨੇ, 20 ਮਿੰਟ ਦਾ ਟਾਈਮ ਦਿੰਦੇ ਨੇ, ਅਤੇ ਲਾ ਭਾਵੇਂ ਫਿਰ ਸਾਰਾ ਦਿਨ ਹੀ ਉਹਦਾ ਟਪਾ ਦੇਣ, ਲੇਕਿਨ ਟਾਈਮ ਉਹਨੂੰ 15 ਤੋਂ 20 ਮਿੰਟ ਦਾ ਕਹਿਣਗੇ ਕਿ ਵੇਟ ਕਰ ਲਾ, ਉਸ ਤੋਂ ਬਾਅਦ ਤੇਰਾ ਖਤ ਕਰ ਦਿੰਦੇ ਹਾਂ। ਇਹਨਾਂ ਦੇ ਕੋਲੋਂ ਖਤ ਕਰਾਉਣ ਲਈ 1/2 ਘੰਟਾ 35 ਮਿੰਟ ਟਾਈਮ ਤੁਹਾਨੂੰ ਚਾਹੀਦਾ ਇਹਨਾਂ ਦੇ ਕੋਲੋਂ ਖਤ ਕਰਾਉਣ ਲਈ, ਅਤੇ ਲੇਕਿਨ ਉਸ ਤੋਂ ਬਾਅਦ ਜਿਹੜੀ ਅਸਲ ਮੇਨ ਗੱਲ ਹੈ ਕਿ ਤੁਹਾਨੂੰ ਇਹਨਾਂ ਤੋਂ ਖਤ ਕਰਾਉਣ 'ਤੇ ਜਿਹੜਾ ਟਾਈਮ ਲੱਗਦਾ ਨਾ, 30 ਤੋਂ 35 ਮਿੰਟ, ਖਤ ਹੋਣ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡਾ ਟਾਈਮ ਜ਼ਾਇਆ ਨਹੀਂ ਹੋਇਆ, ਇੰਨਾ ਪਿਆਰਾ ਖਤ ਕਰਦੇ। ਅਲਹਮਦੁਲਿਲਾ ਜੀ, ਖਤ ਹੋ ਗਿਆ, ਇਹ ਚੈੱਕ ਕਰੋ ਤੁਸੀਂ, ਮਾਸ਼ਾਅੱਲਾ ਬਹੁਤ ਜ਼ਬਰਦਸਤ ਖਤ ਕੀਤਾ ਆਮਰ ਭਾਈ ਨੇ। ਅਤੇ ਅਲਹਮਦੁਲਿਲਾ ਹੁਣ ਅਸੀਂ ਨਿਕਲ ਰਹੇ ਹਾਂ ਜਜ਼ਬਾਨ ਦੀ ਤਰਫ, ਅਤੇ 73 DB ਜਿੱਥੇ ਡਾਕਟਰ ਸਾਹਿਬ ਉਹਨਾਂ ਦੀ ਰਿਹਾਇਸ਼ ਆ, ਅਤੇ ਉੱਥੇ ਦਾਵਤ ਵਲੀਮਾ ਆ। ਅਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਮੌਸਮ ਆ, ਬਹੁਤ ਹੀ ਪਿਆਰਾ ਮਾਸ਼ਾਅੱਲਾ, ਸ਼ਹਿਰ ਦੇ ਵਿੱਚੋਂ ਹੁਣ ਗੁਜ਼ਰਦੇ ਪਏ ਹਾਂ, ਅਤੇ ਹਾਜੀ ਸਾਹਿਬ ਮਾਸ਼ਾਅੱਲਾ ਡਰਾਈਵ ਕਰ ਰਹੇ ਆ ਗੱਡੀ ਦੀ, ਅਤੇ ਥੋੜ੍ਹੀ ਦੇਰ ਤੱਕ ਨਾ ਅੱਗੇ ਬਿਲਕੁਲ ਨਾ ਰੈਡੀ ਆ ਵਲੀਮਾ, ਤਾਂ ਇਨਸ਼ਾਅੱਲਾ ਥੋੜ੍ਹੀ ਦੇਰ ਤੱਕ ਅਸੀਂ ਪਹੁੰਚ ਰਹੇ ਹਾਂ ਜੀ। ਅਲਹਮਦੁਲਿਲਾ ਹੁਣ ਅਸੀਂ 73 ਚੱਕ ਦੇ ਵਿੱਚ ਪਹੁੰਚ ਗਏ ਹਾਂ, ਔਰ ਉਸ ਜਗ੍ਹਾ 'ਤੇ ਪਹੁੰਚ ਚੁੱਕੇ ਹਾਂ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਅਲਹਮਦੁਲਿਲਾ ਜੀ, ਖਾਣਾ ਲੰਗਰ ਪਾਣੀ ਵੀ ਹੋ ਗਿਆ। ਦਾਵਤ ਵਲੀਮਾ ਤੋਂ ਫ੍ਰੀ ਹੋਣ ਤੋਂ ਬਾਅਦ ਬਹਾਵਲਪੁਰ ਕੁਝ ਕੰਮ ਸੀ ਸਾਨੂੰ, ਤੇ ਬਹਾਵਲਪੁਰ ਜਾ ਰਹੇ ਸੀਗੇ, DHA ਦੇ ਵਿੱਚੋਂ ਗੁਜ਼ਰ ਰਹੇ ਹਾਂ, DHA ਬਹਾਵਲਪੁਰ। ਤੇ ਮਾਸ਼ਾਅੱਲਾ ਇੱਥੇ ਆ ਦੇਖੋ, ਇਹ ਸ਼ੋਪਿੰਗ ਮਾਲ ਬਣ ਰਿਹਾ ਔਰ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਇੱਥੇ, ਤੇ ਇਹ ਥੋੜਾ ਜਿਹਾ ਅੱਗੇ ਚੌਕ ਹੈ, ਪਾਰਕ ਚੌਕ ਇਹਦਾ ਨਾਮ ਆ। ਇੱਥੇ ਬਹੁਤ ਖੂਬਸੂਰਤ, ਬਹੁਤ VIP ਕਿਸਮ ਦਾ ਪਾਰਕ ਬਣਾਇਆ ਹੋਇਆ ਇੱਥੇ,
ਤੇ ਬਹੁਤ ਜ਼ਬਰਦਸਤ ਜਿਹੜਾ ਨਾ ਇੱਥੇ ਕੰਮ ਹੋ ਰਿਹਾ ਮਾਸ਼ਾਅੱਲਾ, ਪਾਰਕ ਵਗੈਰਾ ਔਰ ਸ਼ੂਟਿੰਗ ਕਲੱਬ ਹੋ ਗਿਆ, ਗਰਾਊਂਡ ਹੋ ਗਿਆ, ਕੰਸਟਰਕਸ਼ਨ ਦਾ ਕੰਮ ਬਹੁਤ ਜ਼ੋਰੋ ਸ਼ੋਰ ਦੇ ਨਾਲ ਇੱਥੇ ਹੋ ਰਿਹਾ ਵਾ। ਇੱਧਰ ਦੇਖੋ ਤੁਸੀਂ ਨਜ਼ਾਰਾ DHA ਬਹਾਵਲਪੁਰ ਦਾ, ਇਹ ਮੇਨ ਰੋਡ ਤੋਂ ਅਸੀਂ ਜਾ ਰਹੇ ਹਾਂ DHA ਦੇ।